ਸਮਾਨ ਲੈ ਗਏ ਨੇ, ਘਰਾਂ ਨੂੰ ਅੱਗਾਂ ਲਾਤੀਆਂ ਨੇ, ਸਾਰਾ ਘਰ ਵੀ ਲੁੱਟ ਲਿਆ ਨੇ, ਡੰਗਰ ਮਾਲ ਵੀ ਉਹ ਲੈ ਗਏ ਨੇ, ਘੋੜੀਆਂ ਵੀ ਲੈ ਗਏ ਨੇ, ਹਰ ਸ਼ਹਿ ਹੀ ਲੈ ਗਏ ਨੇ। ਯਾਨੀ ਤੁਸੀਂ ਨਹੀਂ ਮਾਰੇ ਬੰਦੇ? ਕਿਹੜੇ ਜਿਹੜੇ ਬਾਅਦ ਚ ਬੰਦੇ ਮਾਰੇ? ਬੰਦੇ ਤੇ ਮਾਰੇ ਨਹੀਂ ਮਾਰੇ, ਉਹਦੇ ਤਫਸੀਲ ਸ਼ੁਰੂ ਹੋਏ। ਜੇ ਹਾਂ ਮਾਰੇ ਹੋਣਗੇ ਤੇ ਉਹ ਸਾਡੇ, ਤੁਸੀਂ ਤਾਂ ਚਲੇ ਗਏ ਕਿ ਇਹਨਾਂ ਨੇ ਉਸ ਤੋਂ ਬਾਅਦ ਉੱਠ ਕੇ ਸੁਬਾਹ ਕਹਿਣਾ ਇਹਨਾਂ ਨੇ ਮਾਰੇ? ਇਹਨਾਂ ਮਾਰੇ ਨੇ, ਅਸੀਂ ਵੱਡੇ ਵਾਲੇ ਹੀ ਗਏ ਹਾਂ। ਉਹ ਭੱਜਿਆ, ਉਹ ਨਾਲ ਇੱਕ ਮੁੰਡਾ ਭਾ ਕੇ ਆਪਣਾ ਭਤਰੀਜਾ, ਮੈਂ ਕਿਹਾ ਭੱਜੋ, ਮੈਂ ਕਿਹਾ ਗੋਲੀ ਉੱਥੇ ਸਾਡੀਆਂ ਪਿੜੀਆਂ ਚੱਲ। ਉਹ ਗਏ ਨੇ ਅਤੇ ਉਹਨੂੰ ਵੇਖ ਕੇ ਅਜੇ ਕਿਲੇ 'ਤੇ ਆਉਣ ਦੇ ਵੀ ਬੰਦੇ ਭੱਜੇ ਆਉਂਦੇ ਨੇ, ਲੱਗੇ ਆਉਂਦੇ ਨੇ ਗੱਡੀ 'ਤੇ, ਅਜੇ ਸਾਰੇ ਤਾਂ ਗਏ ਨਹੀਂ ਸਨ। ਉਹ ਫਿਰ ਪਰਾਂ ਨੂੰ ਦੌੜਦੇ ਨੇ, ਪਰਾਂ ਉਹਨਾਂ ਡਾਲਾ ਖਿਲਾ ਰਿਹਾ ਸੀ ਕਿਲੇ ਦੀ ਵਾੜ 'ਤੇ, ਉਹਨਾਂ ਦਾ ਵਾਲਾ ਜਿਹੜਾ ਉੱਥੇ ਬੰਦਾ ਉਹਨੇ ਸਿੱਧਾ ਕੀਤਾ ਮਾਰ ਕੇ ਛਾਲਾ ਉਹਦੇ ਬੈਗ ਅਤੇ ਪਰਾਂ ਨੂੰ ਪੈਰਾਂ ਕੋਲ ਨੂੰ ਨੱਸ ਗਿਆ। ਆ ਮਗਰ ਮੈਂ ਵੀ ਚਲਾ ਗਿਆ, ਮੈਂ ਪਹਿਲਾਂ ਸੁਣਿਆ ਦੋ ਮਰੇ ਨੇ, ਦੋ ਨਾ ਮਾਰਤੇ ਖਿਲਾਣਾ ਪਰਾਂ। ਮੈਂ ਗਿਆ ਅਤੇ ਉਹ ਆਖਣ ਮੁੰਡੇ ਰਮੀਤ ਨੂੰ ਵੀ ਪੁੱਛਿਆ, ਉਹਨੇ ਪੰਜੇ ਮਾਰ ਗਏ, ਉਹਦੇ ਪੰਜੇ ਮਾਰ ਗਏ। ਇੱਕ 14 ਸਾਲ ਦਾ ਸੀ, ਇੱਕ 16 ਸਾਲ ਦਾ, ਅਤੇ ਉਹ ਸਾਡੇ ਨਾਲ ਵਿਆਹ ਹੋਇਆ, ਆਪਣੇ ਪੱਠੇ ਲੈਣ ਗਿਆ। ਅਤੇ ਮੇਰੇ ਦੋ ਪੁੱਤਰ ਸਨ ਅਤੇ ਦੋ ਪੁੱਤਰ, ਅਤੇ ਇੱਕ ਮੇਰਾ ਭਤਰੀਜਾ ਸੀ, ਉਹਦੇ ਅੰਨੇ ਜਿਹੜੇ ਜੇ ਬਾਲ ਲਿਆ, ਅਤੇ ਦੂਜੇ ਦੇ ਪੰਜ ਨੇ ਉਹਦਾ ਇੱਕ ਮਾਰ ਦਿੱਤਾ ਨੇ, ਉਹ ਅੱਗੇ ਅੱਗੇ ਵੀ ਉਹਨੇ ਹੀ ਮਾਰਿਆ ਉਹਦਾ, ਫਿਰ ਅਤੇ ਭਾਉ ਕੇ ਉਹਨਾਂ ਫਿਰ ਉਹਦਾ ਪੁੱਤਰ ਮਾਰ ਦਿੱਤਾ, ਉਹਦਾ ਫਿਰ ਉਹਦਾ ਪੁੱਤਰ ਫਿਰ ਮਾਰ ਦਿੱਤਾ, ਉਹ ਜਿਹੜਾ ਪੜ੍ਹਦਾ ਸੀ ਦਸਵੀਂ। ਸਾਨੂੰ ਇਨਸਾਫ ਚਾਹੀਦਾ, ਸਾਨੂੰ ਇਹਦੇ ਇੰਨੇ ਬੱਚੇ, ਇੰਨਾ ਜਿੰਨੇ ਸਾਡੇ ਮਾਰੇ ਨੇ ਉਹਨਾਂ ਸਾਨੂੰ, ਉਹਨਾਂ ਨੂੰ ਫਾਂਸੀ ਦੇਵੋ। ਪੁਲਿਸ ਕਿਉਂ ਨਹੀਂ ਫੜਦੀ ਹੈਗੀ? ਫੜੇ ਪੁਲਿਸ ਸਾਨੂੰ, ਜਿਹੜੇ ਉੱਤੇ ਚਾਹੁੰਦੇ ਅਫਸਰ ਉੱਤੇ ਬੈਠੇ ਨੇ ਫੜਨ, ਉਹ ਇਨਸਾਫ ਸਾਨੂੰ ਲੈ ਕੇ ਦੇਣ। ਇਨਸਾਫ ਕਿਉਂ ਨਹੀਂ ਲੈ ਕੇ ਦਿੰਦੇ? ਅਸੀਂ ਤਾਮਣ ਆਉਂਦੇ ਹਾਂ ਘਰ, ਸਾਡੇ ਨਾਲ ਅਜੇ ਤੱਕ ਤਾਮਣ ਕੋਈ ਨਹੀਂ ਹੋਇਆ। ਨਿੱਕੇ ਨਿੱਕੇ ਬੱਚੇ ਸਾਡੇ ਬੱਚਿਆਂ ਵਾਲੇ ਮਾਰਤੇ, ਇੰਨੇ ਯਤੀਮ ਹੋ ਗਏ, ਤਿੰਨਾਂ ਦੇ ਰਸ਼ੀਦ ਕੁਰਬਾਨ ਦੇ, ਰਸ਼ੀਦ ਦੇ, ਬਸ਼ੀਰ ਦੇ ਬੱਚੇ ਨਿੱਕੇ ਨਿੱਕੇ, ਦੋ ਮਾਸੂਮ ਬੱਚੇ ਮਾਰ ਦਿੱਤੇ। ਅਤੇ ਇਹ ਇਨਸਾਫ ਹੋਣਾ ਚਾਹੀਦਾ ਵੀ, ਸਾਨੂੰ ਇਨਸਾਫ ਚਾਹੀਦਾ। ਅਸੀਂ ਗੌਰਮੈਂਟ ਤੋਂ ਨਹੀਂ, ਤਾਂ ਗੌਰਮੈਂਟ ਨੂੰ ਅਸੀਂ ਨਹੀਂ ਮੰਨਣਾ ਹੈਗਾ। ਅਸੀਂ ਬੜੇ ਬਲ ਖਿਲਾਫ ਹਾਂ ਗੌਰਮੈਂਟ ਦੇ, ਅਸੀਂ ਲੋਕੇ ਘਰ ਬੈਠੇ ਹਾਂ, ਅਸੀਂ ਬੱਚਿਆਂ ਨੂੰ ਵੀ ਲਿਖਾਇਆ, ਸਾਡੇ ਬੱਚੇ ਉੱਧਰ ਦੇ ਸਕੂਲੇ ਨਹੀਂ ਜਾਂਦੇ, ਘਰ ਸਾਰੇ ਕੰਮ ਚੱਲਦੇ, ਸਾਕਾਂ ਸੈਣਾ ਦੇ ਮਗਰ ਚੜ੍ਹਦੇ ਨੇ, ਆਪਣੇ ਸਾਕਾਂ ਕੋਲ ਨੇ, ਇਹ ਆਉਂਦੇ ਨੇ ਫੜੇ ਨਹੀਂ ਜਾਂਦੇ, ਫੜੇ ਨਹੀਂ ਜਾਂਦੇ। ਅਸੀਂ ਇਹ ਕਹਿੰਦੇ ਹਾਂ ਫੜੋ ਇਹਨਾਂ ਨੂੰ। ਹਮ ਚਾਹਤੇ ਹੈ ਕਿ ਹਮੇ ਇਨਸਾਫ ਮਿਲੇ, ਉਨ ਸਭ ਕੋ ਪਕੜਾ ਜਾਏ, ਉਨਕੋ ਸਜਾਏ ਮੌਤ ਦੀ ਜਾਏ, ਔਰ ਐਂਦਾ ਹਮਾਰੇ ਯਾਨੀ ਕਿ ਹਮਾਰੇ ਸਾਥ ਸੁਲਹ ਹੋ ਜਾਏ ਉਨਕੀ। ਹਮ ਤੋ ਗਰੀਬ ਆਦਮੀ, ਹਮ ਤੋ ਉਹਨੇ ਮਾਰ ਨਹੀਂ ਸਕਤੇ ਆਪ, ਅਤੇ ਛੋਟੇ ਛੋਟੇ ਬੱਚੋਂ ਕੋਈ ਹਮ ਕਹਤੇ ਹੈ ਹਮੇ ਕੋਈ ਮਦਦ ਮਿਲੇ। ਪੁਲਿਸ ਕਰ ਰਹੀ ਗੌਰਮੈਂਟ, ਅਸੀਂ ਆ ਹੁਣ ਆਇਆ ਸਿਰ ਦੇ ਗਏ, ਸਾਡੀ ਰਖਵਾਲੀ ਵਾਸਤੇ ਆਏ ਸਨ, ਚਾਰ ਡਾਲੇ ਆਏ ਸਨ, ਤਾਂ ਉਹਨਾਂ ਨੂੰ ਆਖਿਆ ਸੀ ਕਿ ਸਾਥੋਂ ਸਾਡੇ ਮਗਰ ਭੱਜੇ ਇਹਨਾਂ ਦੇ, ਆਹ ਪੰਜ ਬੰਦੇ ਮਾਰ, ਅਸੀਂ ਅਗਵਾਹ ਵੀ ਹਾਂ, ਅਸੀਂ ਸ਼ਹਾਦਤੀ ਵੀ ਹਾਂ ਹਰ ਗੱਲ, ਅੱਗੇ ਦੇ ਇਹਨਾਂ ਦੇ ਜ਼ਿੰਮੇਦਾਰੀ ਵੀ। ਅਤੇ ਅਸੀਂ ਉੱਥੇ ਟੀ ਏ ਜੀ ਕੋਲ ਗਏ ਸਾਂ, ਉਹਨੇ ਆਖਿਆ ਜੀ ਸਾਨੂੰ ਖਤਰਾ ਹੀ ਬੜਾ, ਉਹਨਾਂ ਨੂੰ ਫੜਦੇ ਕਿਉਂ ਨਾ, ਅਜੇ 13 ਦਿਨਾਂ ਜੋ ਗਏ ਨੇ ਉਹਨਾਂ ਨੇ, ਕੋਈ ਨਹੀਂ। ਉਹ ਬੰਦੇ ਜਿਹੜੇ ਚਾਰ ਪੇਸ਼ ਹੋਏ, ਇੱਕ ਕੱਲ੍ਹ ਕਰਾਇਆ ਨੇ ਅਤੇ ਤਿੰਨ ਅੱਗੇ ਕਰਾਇਆ ਨੇ, ਉਹ ਆਪਣੇ ਆਪ ਪੇਸ਼ ਹੋਏ ਨੇ, ਇਹਨਾਂ ਕੋਈ ਪੁਲਿਸ ਨੇ ਕੋਈ ਨਹੀਂ ਫੜੇ। ਸਾਡੀ ਗੱਲਬਾਤ ਵੀ ਉਹਨਾਂ ਨੂੰ ਹੋਈ ਗਰਮੀ ਨਾਲ, ਵੀ ਤੁਸੀਂ ਬੰਦਾ ਕੋਈ ਨਹੀਂ ਫੜਿਆ, ਉਹ ਤਾਂ ਆਪਣੇ ਆਪ ਪੇਸ਼ ਹੋਏ। ਉਹ ਆਹ ਗੱਲ, ਅੱਜ ਅਸੀਂ ਸੁਬਾਹ ਗਏ ਸਾਂ ਉੱਥੇ, ਸੁਬਾਹ ਦੇ ਗਏ ਅਜੇ ਹੁਣ ਆਈਏ। ਸਾਡਾ ਮੁਤਾਲਬਾ ਅਸੀਂ ਉਹਨਾਂ ਨੇ ਵੀ ਕਰ ਰਿਹਾ ਵੀ ਤੁਸੀਂ ਇਹਨਾਂ ਨੂੰ ਫੜੋ। ਹੋਰ ਤਿੰਨ ਬੰਦੇ ਰਹਿੰਦੇ ਜਿਹੜੇ, ਦੋ ਜ਼ਮਾਨਤ ਵੀ ਹੋ ਗਈ, ਦੋ ਦਿਨ ਚਾਰ ਦਿਨ ਦੀ ਹੋਈ ਹੈ, ਅੱਗੇ 6 ਦਿਨ ਉਹਨਾਂ ਗੁਜ਼ਾਰੇ ਨੇ ਜ਼ਮਾਨਤ, ਉਹ ਵੀ ਨਹੀਂ ਸੀ ਹੋਣੀ ਚਾਹੀਦੀ। ਕਿਉਂ ਹੋਵੇ, ਪੰਜ ਬੰਦੇ ਮਾਰੇ ਨੇ ਜ਼ਮਾਨਤ, ਕਿਉਂ ਉਹਦਾ ਕੀ ਕੰਮ ਹੈ ਜ਼ਮਾਨਤ? ਉਹਨਾਂ ਨੂੰ ਅੰਦਰ ਦਿੰਦੇ ਫੜ ਕੇ, ਉਹਨਾਂ ਫੜ ਕੇ ਅਤੇ ਉਹਨਾਂ ਨੂੰ ਫਾਂਸੀ ਦਾ ਹੁਕਮ ਦੇ, ਜਿਨ੍ਹਾਂ ਨੇ ਵੀ ਇਹ ਕੰਮ ਕੀਤਾ। ਅਸੀਂ ਅੱਗੇ ਵਧਾਉਣ ਜੋਗੇ ਨਹੀਂ, ਦੁਸ਼ਮਣ ਸਾਡੇ ਛੋਟੇ ਛੋਟੇ ਬੱਚੇ ਨੇ, ਇਹਨਾਂ ਵਿਚਾਰਿਆਂ ਨੂੰ ਕੀ ਪਤਾ। ਪਿੰਡ 'ਚ ਫਿਰਦੇ ਨੇ ਸਾਡੇ ਆਲੇ ਦੁਆਲੇ, ਸਾਨੂੰ ਦਾਬੇ ਲਾਉਂਦੇ ਨੇ, ਸਾਨੂੰ ਆਉਂਦੇ ਨੇ, ਅਸੀਂ ਪੰਜ ਹੋਰ ਮਾਰਦੇ ਨੇ, ਅਸੀਂ ਇੰਨੇ ਮਾਰਦੇ ਨੇ, ਸਾਕਾਂ ਮਗਰ ਚੜੇ ਨੇ, ਸਾਕਾਂ ਵੀ ਅੰਦਰ ਤੂੜੀਆਂ ਪਾ ਕੇ ਗੁਜ਼ਾਰਾ ਕਰਨ ਡੱਠੇ ਨੇ, ਅਸੀਂ ਜ਼ਿਮੀਂਦਾਰ ਮਾਲ ਡੰਗਰ ਵਾਲੇ, ਅਸੀਂ ਕੋਈ ਬਦਮਾਸ਼ ਨਹੀਂ। ਉਹ ਪਿਓ ਦਾਦਿਓ ਦੁਸ਼ਮਣੀ ਵਾਲੇ, ਉਹਨਾਂ ਦੇ ਨਾਨੀਓ ਪੜਨਾਨੀਓ ਦਾਦੀਆਂ ਦੁਸ਼ਮਣੀ ਵਾਲੇ, ਸਾਡਾ ਵੀ ਕਿਤੇ ਜਾ ਕੇ ਵਰਕੇ ਪਟਾ ਲਓ, ਜੇ ਸਾਡੇ ਕੋਈ ਗੱਲ ਹੋਵੇ ਉਹਨਾਂ ਦੇ ਪਿੱਛੇ ਜੱਲੋ ਮੋੜ 'ਤੇ ਨਾਨਕੇ
ਉਹ ਰਿਸ਼ਤੇ ਦੇ ਉਹ ਤੇ ਵੀ ਮਾਮੇ ਮਾਮਿਆਂ ਦੇ ਪੁੱਤਰ ਮਰੇ ਤੇ ਸਾਡਾ ਵੀ ਖਟਾਲੋ ਉਹਨਾਂ ਦੀ ਇੱਥੇ ਵੀ ਮਰੇ ਉਹਨਾਂ ਦੇ ਦਾਦਿਓ ਪੜਦਾਦਿਓ ਦੁਸ਼ਮਣੀ ਪਾਊਡਰ ਵੇਚਦੇ ਸਾਂ ਸ਼ਰਾਬ ਵੇਚਦੇ ਸਾਂ ਬਰਕੀ ਵਾਲਿਆਂ ਨਾਲ ਰਲ ਕੇ ਬਰਕੀ ਵਾਲਿਆਂ ਨਾਲ ਰਲ ਕੇ ਸਾਡਾ ਫਿਆ ਹੀ ਮਰ ਗਿਆ ਗਏ ਹਨ ਜਮਾਨਤ ਕਰਾਉਣ ਉੱਥੇ ਫੜ ਲੈਂਦੇ ਉਹਨਾਂ ਫੜਿਆ ਨੇ ਉਹ ਜਮਾਨਤ ਸਗੋਂ 6 ਦਿਨਾਂ ਦੀ ਲੈ ਗਿਆ ਵੀ ਉਹ 6 ਦਿਨ ਦੇ ਅੱਜ ਗੁਜ਼ਰ ਗਏ ਹਨ ਅੱਜ ਗਏ ਹਨ ਅੱਜ ਫਿਰ ਬੜਾ ਰੌਲਾ ਪਿਆ ਉੱਥੇ ਫਿਰ ਉਹਨਾਂ ਨੇ ਅੱਜ 1 ਦਿਨ ਦੀ ਦੇਣ ਦੀ ਦਿਹਾੜੀ ਉਹਨਾਂ ਦੀ ਫਿਰ ਪਰਸੋਂ ਉਹਨਾਂ ਫਿਰ ਤੇ ਪੁਲਿਸ ਸਾਡੇ ਨਾਲ ਕਰਦੀ ਅਜੇ ਤੇ ਸਾਰਾ ਕੁਝ ਕਰਨ ਡਈ ਅਗਾਂਹ ਤਾਂ ਨਹੀਂ ਸਾਨੂੰ ਪਤਾ ਉਹਨੇ ਕੋਈ ਕੀ ਕਰਨਾ ਉਦੋਂ ਉਹਨਾਂ ਦੇ ਇੱਥੋਂ ਰਿਸ਼ਤੇਦਾਰ ਨੇ ਕਬਰਸਤਾਨ ਦੇ ਕੋਲ ਹਵੇਲੀਆਂ ਨੇ ਉਹ ਉੱਥੇ ਉਹਨਾਂ ਦੇ ਮਾਮਿਆਂ ਨੇ ਨਾਮ ਗਿਆ ਉੱਥੇ ਉਹ ਖਲੋਤੇ ਨੇ ਅਤੇ ਸ਼ੈਤਾਨੀ ਕੀਤੀ ਨੇ ਉਹਨਾਂ ਨੂੰ ਅੱਗੇ 80-80 ਗੋਲੀਆਂ ਵੱਜੀਆਂ ਹਨ ਉਹਨਾਂ ਨੂੰ ਉਹਨਾਂ ਕੀ ਮਾਰ ਉਹਨਾਂ ਫੈਰਾਂ ਕਰਤੇ ਦੋ ਤਿੰਨ ਬ੍ਰਸ਼ਟ ਚਲਾਇਆ ਫਿਰ ਇੱਕ ਉਹ ਫਰਕ ਸਾਡੇ ਮੁੰਡਿਆਂ ਚਲਾਇਆ ਕਿ ਨਹੀਂ ਚਲਾਇਆ ਅਸੀਂ ਤਾਂ ਮੈਂ ਉੱਥੇ ਕਬਰਸਤਾਨ 5 ਦੇ 5 ਮਾਰ ਦੇਣ ਤਾਂ ਠੀਕ ਹੈ ਸਾਡੇ ਨਾਲ ਇਨਸਾਫ ਤਾਂ ਫਿਰ ਇਸ ਤਰ੍ਹਾਂ ਦਾ ਹੀ ਹੋਣਾ ਚਾਹੀਦਾ ਉਹ ਤਾਂ ਸਾਨੂੰ ਵਾਧੇ ਦੀਆਂ ਤੜੀਆਂ ਲਾਉਣ ਲੈਣ ਲੱਗ ਲੱਗੇ ਸਾਡੇ ਫਿਰਨ ਡਿਆ ਨਾ ਪੁਲਿਸ ਉਹਨਾਂ ਨੂੰ ਫੜਨ ਡਈ ਉਹ ਤਾਂ ਜੀ ਪਾਊਡਰ ਵੇਚਦੇ ਹਾਂ ਲੋਕਾਂ ਦੇ ਪਲਾਟ ਖੋਹਦੇ ਹਾਂ ਹੀਰਵਾਨਾ ਵੇਚਦੇ ਹਾਂ ਫੀਮ ਵੇਚਦੇ ਸਾਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਸੀ ਹੈਗਾ ਕਬਜ਼ੇ ਕਰਦੇ ਹਾਂ ਕਬਜ਼ਾ ਗਰੁੱਪ ਜਦੋਂ ਦੀਆਂ ਸਕੀਮਾਂ ਆਈਆਂ ਕਿਸੇ ਤੋਂ ਪਲਾਟ ਖੋ ਕਿਸੇ ਤੋਂ ਕੁਛ ਕਰ ਕੰਮ ਤਾਂ ਉਹਨਾਂ ਦਾ ਹੈਗਾ ਹੀ ਕੁਝ ਅਸੀਂ ਸਾਹਮਣੇ ਵੇਹਦੇ ਹਾਂ ਸਾਡੇ ਮੇਰੇ ਚਾਚੇ ਦਾ ਘਰ ਸੀ ਸਾਹਮਣੇ ਜੱਫੀਆਂ ਪਾ ਕੇ ਅਤੇ ਵਿਹੜੇ 'ਚ ਲੈ ਕੇ ਅਤੇ ਉਹਨਾਂ ਦੇ ਮੋਟਰ 'ਚ ਪੈਸੇ ਦੇ ਕੇ ਅਤੇ ਆਪ ਚਲੇ ਜਾਂਦੇ ਸਾਡੇ ਹੁਣ ਇਹਨਾਂ ਗੌਰਮੈਂਟ ਨੇ ਬੰਦੇ ਮਰਵਾ ਦਿੱਤੇ ਨੇ ਹੁਣ ਅਗਾਂਹ ਸਾਡੀ ਗੌਰਮੈਂਟ ਪਰਵਾਹੀ ਨਹੀਂ ਕਰਦੀ ਪਈ ਅਸੀਂ ਲੋਕੇ ਬੱਚਿਆਂ ਨੂੰ ਘਰ ਬੈਠੇ ਆ ਕਾਲਜਾਂ ਦੇ ਦਾਖਲੇ ਲਏ ਨੇ ਉਹ ਲੋਕੇ ਬੈਠੇ ਹਾਂ ਜੇ ਕਿਸੇ ਪਾਸੇ ਲਾ ਲੈਣ ਤਾਂ ਉਹ ਚਫੇਰੇ ਭੱਜੇ ਕਰਦੇ ਨੇ ਆਉਂਦੇ ਨੇ ਅਸਾਂ ਪੇਸ਼ ਨਹੀਂ ਹੋਣਾ ਅਸਾਂ ਬੰਦੇ ਮਾਰ ਕੇ ਪੇਸ਼ ਹੋਣਾ ਹੋਰ ਸਾਡੇ ਤਾਂ ਬੰਦੇ ਹੀ ਕੋਈ ਨਹੀਂ ਰਹੇ ਇਸ ਘਰ ਦੇ ਬੰਦੇ ਟੁੱਕਰ ਕਮਾਉਂਦੇ ਸਾਂ ਅਤੇ ਉਹਨਾਂ ਨੂੰ ਮਾਰ ਦਿੱਤਾ ਨੇ ਅਸੀਂ ਹੁਣ ਮਹੱਤਲ ਹੋ ਕੇ ਬੈਠੇ ਹਰ ਗੱਲ ਛੋਟੇ ਛੋਟੇ ਬੱਚੇ 5-5, 6-6 ਉਹਨਾਂ ਖਾਣੇ ਪੀਣੇ ਕਾ ਗੁਜ਼ਾਰਾ ਬਹੁਤ ਮੁਸ਼ਕਲ ਹੈ ਇੱਕ ਜੋ ਬਾਈ ਪਹਿਲੇ ਜੋ ਇੰਜਰਡ ਹੈ ਉਸਕੇ ਵੀ ਛੋਟੇ ਛੋਟੇ ਬੱਚੇ ਹੈ ਇੱਕ ਉਸਕਾ ਬੇਟਾ ਉਹਨਾਂ ਨੇ ਕਤਲ ਕਰ ਦਿਆ ਹੈ ਉਸਨੇ ਮੈਟ੍ਰਿਕ ਕੀ ਥੀ ਔਰ 11ਵੀਂ ਕਲਾਸ ਮੇ ਦਾਖਲਾ ਲੈਣਾ ਥਾ ਉਹਨਾਂ ਨੇ ਉਸੇ ਵੀ ਕਤਲ ਕਰ ਦਿਆ ਹੈ ਫਿਰ ਉੱਥੇ ਇੱਕ ਹੋਰ ਵੀ ਦੁਨੀਆਂ ਜਨਾਜ ਜਨਾਜ ਸੀ ਦੁਸ਼ਮਣੀਆਂ ਵਾਲੇ ਬੰਦੇ ਫਿਰ ਉਹਨਾਂ ਕਿਸੇ ਚਲਾਈ ਹੋ ਵੀ ਕਿ ਉੱਥੇ ਗੋਲ ਉਹ ਜਨਾਜ ਗਾ ਇੱਥੇ ਦੇ ਬੰਦੇ ਛੋੜ ਕੇ ਮਿਲੀਆਂ 5 ਮਿਲੀਆਂ 5 ਛੋੜ ਕੇ ਤੂੰ ਮੈਂ ਚੁੱਕੀਆਂ ਉਹ ਦੌਰ ਉਹਨਾਂ ਗੋਲੀ ਚੱਲਣ ਲੱਗ ਪਈ ਉਹਨਾਂ ਨੇ ਗੋਲੀ ਵੀ ਚਲਾਈ ਹੈ ਜਨਾਜਿਆਂ 'ਤੇ ਕਿਉਂ ਚਲਾਈ ਸਾਡੇ ਗੋਲੀ ਜੇ ਹਕੂਮਤ ਹੁੰਦੀ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਸੀ ਚਲਾਉਣ ਉਹ 3 SP ਆਏ ਸਨ ਅਤੇ ਫਿਰ ਵੀ ਉਹਨਾਂ ਗੋਲੀ ਚਲਾ ਸਾਡੇ ਅੱਗੇ ਤਾਂ ਉਹਨਾਂ ਨੂੰ 80 ਤੇ 70 ਗੋਲੀਆਂ ਵਜੀਆਂ ਉਹਨਾਂ ਨੂੰ ਫਿਰ ਹੋਰ ਮਾਰੀਆਂ ਅਤੇ ਤੰਗ ਕਰਦੇ ਨੇ ਬੜਾ ਹੁਣ ਅਜੇ ਕਿਉਂ ਨਹੀਂ ਅੱਜ 13 ਦਿਨ ਮੇਰਾ ਹਲ ਹੋ ਗਿਆ ਉਹਨੇ ਅਜੇ ਤੱਕ ਪੁਲਿਸ ਨੇ ਫੜੇ ਨਹੀਂ ਉਹ ਤਾਂ 4 ਬੰਦੇ ਆਪਣੇ ਆਪ ਪੇਸ਼ ਹੌਲੇ ਭਾਰੇ ਬੰਦੇ ਪੇਸ਼ ਹੋਏ ਨੇ ਅਤੇ ਜੇ ਜਿਹੜੇ ਬਾਹਰ ਨੇ ਉਹਨਾਂ ਨੂੰ ਆਉਂਦੇ ਨੇ ਅਸਾਂ 5 ਬੰਦੇ ਮਾਰ ਕੇ ਅਤੇ ਫਿਰ ਪੇਸ਼ ਅਸੀਂ ਉਹ ਸਾਰਿਆਂ ਦੀ ਅਸਲਾ ਪਿਆ ਨਾਮ ਜਾ 5 ਬੰਦੇ ਨੇ ਅਤੇ ਦੂਜੇ ਵੀ ਨਾਲ ਮੁਕੰਮਲ ਗੋਲੀਆਂ ਹੀ ਬੜੀਆਂ ਵੱਜੀਆਂ ਸਾਡਾ ਉਹਨਾਂ ਧੂੰਆਂ ਪਾ ਕੇ ਰੱਖ ਦਿੱਤਾ ਸਾਡੀ ਸ਼ੈ ਕੋਈ ਨਹੀਂ ਰਹੀ ਸਾਨੂੰ ਲੋਕ ਵੀਰ ਮੇਰਿਆ ਕਿੰਨਾ ਕੁ ਦੇਣ ਅਤੇ ਕਿੰਨਾ ਕੁ ਖਵਾਉਣ ਅਤੇ ਮੇਰੇ ਨਿੱਕੇ ਬੱਚੇ ਨੇ ਅਸੀਂ ਆਉਂਦੇ ਹਾਂ ਅਸੀਂ ਇਹ ਇਨਸਾਫ ਮੰਗਦੇ ਹਾਂ ਸਾ ਉਹ 5 ਬੰਦੇ ਉਹਨਾਂ ਦੇ 9 ਬੰਦਿਆਂ ਦਾ ਉਹਨਾਂ ਦਾ ਪਰਚਾ ਹੈ ਉਹ ਨਵੇਂ ਬੰਦੇ ਉਹਨਾਂ ਦੇ ਫੜੇ ਜਾਣ ਅਤੇ ਸਾਡੇ ਜਿਹੜੇ ਬੰਦ 5 ਬੰਦੇ ਮਰ ਗਏ ਨੇ ਉਹਨਾਂ ਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਫਾਂਸੀ ਹੋ ਜਾਏ ਅਤੇ ਅਸੀਂ ਅਗਾਂਹ ਜਿਹੜੀ ਦੁਸ਼ਮਣੀ ਹੈ ਨਾ ਉਹ ਖਤਮ ਹੀ ਹੋ ਜਾਏ ਉਹ ਵੀ ਆਪਣਾ ਬਹਿਣ ਘਰ ਅਤੇ ਅਸੀਂ ਵੀ ਆਪਣਾ ਘਰ ਬਹੀਏ ਸਾਡੇ ਜਿਹੜੇ ਆ ਨਿੱਕੇ ਬੱਚੇ ਨੇ ਨਾ ਇਹ ਨਾ ਜਵਾਨ ਹੋਣ ਇਹ ਜਵਾਨ ਹੋ ਕੇ ਨਾ ਆਖਣ ਅਸੀਂ ਆਪਣਿਆਂ ਦੇ ਬਦਲੇ ਲਈਏ ਵੀਰ ਮੇਰਿਆ ਸਾਡੇ ਕੋਲ ਤਾਂ ਆਹ ਗੱਲ ਅਸੀਂ ਸਰ ਇਹ ਸਮਝਿਆ ਵੀ ਇਹਨਾਂ ਨੂੰ ਕੁਛ ਨਹੀਂ ਆਖਣਾ ਹੁਣ ਸਾਡੇ 5 ਬੰਦੇ ਸਾਡਾ ਘਰ ਖਾਲੀ ਹੋ ਗਿਆ ਅਤੇ 2-1 ਤਨਵੀਰ ਸੀ ਸਾਡਾ ਐਡਾ ਜਵਾਨ ਮੁੰਡਾ ਸਰ ਉਹਨੂੰ ਹੀ ਮਾਰ ਦਿੱਤਾ ਇੰਨੀਆਂ ਗੋਲੀਆਂ ਸਰ ਉਹਨਾਂ ਮਾਰੀਆਂ ਨੇ ਉਹਦਾ ਵਾਲ ਤੁਸੀਂ ਮੰਜੀ ਦੇ 8 ਸਾਲ ਹੋ ਗਏ ਉਹੀ ਸਾਡੇ ਸਰ ਕਮਾਉਣ ਵਾਲੇ ਜੀ ਹੀ 5 ਦੇ 5 ਅਤੇ 5 ਦੇ 5 ਉਹਨਾਂ ਮਾਰਤੇ ਨੇ
ਨਾ ਸਰ ਸਾਡਾ ਉੱਦਾਂ ਦਾ ਕੋਈ ਸਿਲਸਿਲਾ ਬਣਿਆ, ਨਾ ਸਾਨੂੰ ਰੋਜ਼ੀ ਮਿਲ ਰਹੀ। ਗਰੀਬ ਲੋਕ ਹਾਂ ਸਰ, ਇਨਸਾਫ਼ ਹੁੰਦਾ ਤਾਂ ਇੱਥੇ ਤੁਹਾਡੇ ਕੰਮ ਨਾ ਪਾਉਂਦਾ। ਸਾਡੇ ਨਾ 5 ਕਤਲ ਕਰਤੇ ਨਜਾਇਜ਼ ਕੀਤੇ, ਨਾ ਉਹਨਾਂ ਨੇ ਕੋਈ ਅੱਜ ਤੋੜੀ ਉਹਨਾਂ ਦੇ ਨਾਲ ਲੜੇ, ਨਾ ਗਾਲੀ ਦਿੱਤੀਆਂ, ਨਾ ਕੋਈ ਗੱਲਬਾਤ ਨਹੀਂ ਕੀਤੀ। ਨਜਾਇਜ਼ ਸਾਡੇ ਉਹਨਾਂ 5 ਕਤਲ ਕੀਤੇ ਨੇ, ਫਿਰ ਬਾਅਦ 'ਚ ਲਗਾਈ ਆ। ਕੋਈ ਨਹੀਂ ਉਹਨਾਂ 'ਚ ਹੋਇਆ, ਕੋਈ ਨਹੀਂ ਹੋਇਆ, ਉਹ ਤਾਂ ਨਜਾਇਜ਼ ਝੂਠ ਬੋਲਦੇ। ਉਹ ਦੌੜ ਗਏ, ਉਹਨਾਂ ਦੌੜਨਾ ਹੀ ਸੀ, ਇੱਥੇ ਹੀ ਲੱਗੇ ਫਿਰਦੇ ਨੇ। ਇਹ ਵੀ ਕਹਿੰਦੇ ਨੇ ਅਸੀਂ 10 ਮਾਰ ਕੇ ਪੇਸ਼ ਹੋਣਾ, 5 ਮਾਰ ਕੇ ਪੇਸ਼ ਆਓ। ਅਸੀਂ ਤਾਂ ਆਪਣੇ ਬੱਚੇ ਨਹੀਂ ਸਕੂਲ 'ਚ ਕੱਲਣ ਦੇ, ਅਸੀਂ ਤਾਂ ਡਰਦੇ ਆਪਣੇ ਬਾਲ ਨਹੀਂ ਬਾਹਰ ਨਿਕਲਣ ਦੇਣ ਦੇ। ਇੰਨੇ ਯਤੀਮ ਨੇ, ਕਿਸੇ ਨੂੰ ਕੋਈ ਚੁੱਪ ਕਰਾਉਣ ਵਾਲਾ ਨਹੀਂ, ਕੋਈ ਕਿਸੇ ਨੂੰ ਗੱਲ ਕਰਨ ਵਾਲਾ ਨਹੀਂ ਹੈਗਾ। ਨਿੱਕੇ ਨਿੱਕੇ ਬੱਚਿਆਂ ਵਾਲੇ ਨੇ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ ਹੈਗਾ। ਜਿਹੜਾ ਬਸ਼ੀਰ ਮਾਰਿਆ ਉਹਦਾ ਨਾ ਮਾਂ ਨਾ ਪਿਓ, ਰਸ਼ੀਦ ਮਾਰਿਆ ਨੇ ਸਿੱਧਾ ਬੰਦਾ, ਨਾ ਗੱਡੀ ਚਲਾਉਣ ਦਾ ਵੱਲ, ਕੁਰਬਾਨ ਮਾਰਿਆ ਨੇ ਮੋਟਰਸਾਈਕਲ ਵੀ ਨਹੀਂ ਚਲਾਉਣ ਦਾ ਵੱਲ, ਅਤੇ ਸਿੱਧੇ ਬੋਲਾ ਮਾਰ ਤੇ ਨਿਬੜੇ ਗੋਹੇ ਦੇ ਨਿਬੇੜੇ ਨੇ। ਅਸੀਂ ਜਾਓ ਸਾਡਾ ਘਰ ਵੀ ਆਮ ਖਾਸੀ, ਅਸੀਂ ਐਡੇ ਅਮੀਰ ਵੀ ਨਹੀਂ। ਸਾਡੇ 7 ਦਿਨ ਸਾਡੇ ਸਾਗ ਸਹਿਣ ਸਾਨੂੰ ਟੁੱਕਰ ਦੇ ਕੇ ਗਏ ਨੇ ਸਾਡੇ ਪ੍ਰਾਹੁਣਿਆਂ ਨੂੰ, ਤੀਆ ਸਾਡਾ ਵੀ ਕੋਈ ਆਸਰਾ ਕਰੋ, ਸਾਨੂੰ ਵੀ ਕੋਈ ਪੁੱਛੋ। 4 ਬੰਦੇ ਉੱਥੇ ਉਹਨਾਂ ਅੱਜ ਆਖਿਆ ਵੀ 4 ਬੰਦੇ ਪੇਸ਼ ਹੋ ਗਏ ਨੇ, ਇੱਕ ਰਾਤੀ ਕਰਾਇਆ ਨੇ, 3 ਅੱਗੇ ਸਨ, ਆਹੋ 1 ਕਰਾਰ ਕਰ। ਅਤੇ ਅੱਜ ਜ਼ਮਾਨਤ ਦਾ ਵੀ ਕੋਈ ਹੱਕ ਨਹੀਂ ਸੀ ਹੈਗਾ ਲੈਣ, ਕੋਈ ਹਕੂਮਤ ਹੁੰਦੀ ਤਾਂ ਲੈਂਦੀ ਨਾ। ਜ਼ਮਾਨਤ ਕਿਉਂ ਲਈ? 6 ਦਿਨਾਂ ਦੀ ਗੁਜ਼ਰ ਗਈ, ਅੱਜ ਫਿਰ 1 ਦਿਨ ਦੀ ਹੋ ਗਈ। ਬੜਾ ਉੱਥੇ ਦਸਤਗਰਦੀ ਦੇ ਵਿੱਚ ਕੇਸ ਲੱਗਾ, ਉਹਦੀ ਦਰਖਾਸਤ ਵੀ ਦਿੱਤੀ ਨੇ ਟੁੱਟਣੀ ਚਾਹੀਦੀ, ਅਤੇ ਉਹਨਾਂ ਆਖਿਆ ਨਹੀਂ ਇਹ ਨਹੀਂ ਟੁੱਟਣੀ। ਅੱਜ ਤੱਕ ਨਹੀਂ ਟੁੱਟੀ, ਉਹਨਾਂ ਨੇ ਅੱਜ ਦਰਖਾਸਤ ਦਿੱਤੀ ਲੈ ਕੇ, ਇਹ ਸਾਡੀ ਟੁੱਟਣੀ ਚਾਹੀਦੀ ਦਸਤਗਰਦੀ। ਉਹਨਾਂ ਕੋਈ ਦਸਤਗਰਦੀ ਨਹੀਂ, ਪਹਿਲਾਂ ਪੇਸ਼ ਹੋਵੋ ਸਾਰੇ ਬੰਦੇ, ਫਿਰ ਵੇਖਾਂਗੇ। ਕੋਈ ਟੁੱਟੂ ਆਪਾਂ 5 ਬੰਦੇ ਮਰ, ਅਸੀਂ ਕਿਵੇਂ ਇਹ ਗੱਲਬਾਤ? ਇਹ ਗੱਲ ਇਹਦੇ ਵਿੱਚ ਝੂਠ ਕੋਈ ਨਹੀਂ ਹੈਗਾ। ਸਾਡੇ ਉਹਨਾਂ ਨੇ ਨਜਾਇਜ਼ ਬੰਦੇ ਮਾਰੇ ਨੇ, ਉਹਨਾਂ ਨੇ ਜੇ ਬੰਦੇ ਮਾਰੇ ਸਾਡਿਆਂ ਨੂੰ ਜੇਲ੍ਹ 'ਚ ਨੇ। ਤੁਸੀਂ ਆਪੋ ਆਪਣੇ, ਅਸੀਂ ਤਾਂ ਬਾਦਸ਼ਾਹ ਤਾਂ ਮੰਨਣੀ ਆ ਤੇ ਤਾਂ ਰਹਿਣਾ, ਅਸੀਂ ਤਾਂ ਗੌਰਮੈਂਟ ਤੋਂ ਨਿਆਂ ਸਾਨੂੰ ਦੇਵੇ, ਅਸੀਂ ਤਾਂ ਬਾਰ ਬਾਰ ਅਪੀਲ ਕਰਨੇ ਆ ਸਾਨੂੰ ਗੌਰਮੈਂਟ ਨਿਆਂ ਦੇਵੇ, ਅਸੀਂ ਨਿਆਂ ਮੰਗਦੇ ਹਾਂ। ਸਾਡੇ ਗਰੀਬ, ਸਾਡਾ ਉਹਨਾਂ ਦਾ ਪਿਓ ਮੰਜੀ 'ਤੇ ਪਿਆ, ਨਾ ਕੋਈ ਚੱਲਣ ਜੋਗਾ ਨਾ ਫਿਰਨ ਜੋਗਾ, ਉਹਦਾ ਸਾਰੇ ਪੁੱਤਰ ਮਾਰ ਗਏ ਨੇ, 2 ਮੰਜੀ 'ਤੇ ਪਿਆ ਵੇ, 2 ਦੇ ਮਾਰ ਗਏ ਨੇ, 1 ਉਹਦਾ ਪੁਤਰੀਆ ਮਾਰ ਗਿਆ, 2 ਪੋਤਰੇ ਮਾਰ ਗਏ ਨੇ। ਅਸੀਂ ਇਨਸਾਫ ਮੰਗਦੇ ਹਾਂ, ਸਾਨੂੰ ਇਨਸਾਫ ਮਿਲ ਜਾਵੇ ਤਾਂ ਇੱਥੇ ਦੁਸ਼ਮਣੀ ਮੁੱਕ ਜਾਵੇ, ਉਹ ਤਾਂ ਸਾਡੇ ਮੁੱਕ ਗਏ, ਨਹੀਂ ਲੱਭਣੇਗਾ। ਅਸੀਂ ਇਸ ਗੱਲ ਨੂੰ ਆਉਂਦੇ ਹਾਂ, ਸਾਨੂੰ ਇਨਸਾਫ ਗੌਰਮੈਂਟ 'ਤੇ। ਜਦੋਂ ਸਾਨੂੰ ਪਤਾ ਲੱਗਾ ਬੰਦੇ ਮਰ ਗਏ, ਅਸੀਂ ਨਿਕਲ ਗਏ, ਅਸੀਂ ਬਾਅਦ 'ਚ ਪੁਲਿਸ ਨੂੰ ਗ੍ਰਿਫਤਾਰੀ ਵੀ ਆਪ ਦਿੱਤੀ। ਮੁੰਡੇ ਸਾਰੇ ਆਪਣੇ ਕੋਲ ਸੀ ਤੁਹਾਡੇ? ਮੁੰਡੇ ਮੇਰੇ ਘਰ ਸਨ, ਮੇਰੇ ਕੋਲ ਸੁੱਤੇ ਆ। ਮੈਂ ਉਦਣ ਵੀ ਮੀਡੀਆ ਅੱਗੇ ਬਿਆਨ ਕੀਤਾ, ਮੈਂ ਕਿਹਾ ਮੈਂ ਕੋਲ ਅੰਦਰ ਮੈਂ ਸਾਂ, ਮੈਨੂੰ ਮੁੰਡੇ ਮੇਰੇ ਇਲਜ਼ਾਮ ਹੀ ਲਾ ਰਹੇ ਨੇ ਕਿ ਇਹਨਾਂ ਨੇ ਮਾਰੇ। ਉਹ ਤਾਂ ਆਉਂਦੇ ਨੇ ਇਹਨਾਂ ਨੇ ਮਾਰੇ,